ਅਸਲਾਮੁਅਲੈਕੁਮ ਕੀ ਹਾਲ ਚਾਲ ਹੈ ਤੁਹਾਡਾ ਠੀਕ ਠਾਕ ਹੋ ਤੁਸੀਂ ਸਾਰੇ ਕੇਸੀ ਤਬੀਅਤ ਹੈ ਤੁਹਾਡੀਆਂ ਸਾਰਿਆਂ ਦੀ ਅੱਲਾਹ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਵਸਦੇ ਰਹੋ ਲੈਕ ਮਮਸ ਮੀ ਆਪ ਤੁਹਾਨੂੰ ਦੱਸ ਰਿਹਾ ਬੜੀ شدید ਕਿਸਮ ਦੀ ਠੰਡੇ ਤੂਫਾਨੀ ਹਵਾਵਾਂ ਚੱਲ ਰਹੀਆਂ ਨੇ ਤੇ ਪਰ ਬਈ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਚਾਹਨੀ ਆ ਇਹ ਕੋਈ ਵੀਡੀਓ ਮੇਰੀ ਦੇਖਦਾ ਹੋਵੇ ਤੇ ਅੱਲਾਹ ਦਾ ਵਾਸਤਾ ਨੂੰ ਲਾਈਕ ਕਰ ਲਿਆ ਕਰੋ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਆ ਕਰੋ ਤੇ ਸਬਸਕ੍ਰਾਈਬ ਕਰ ਲੋਗੇ ਤੇ ਹੋਰ ਹੀ ਚੰਗਾ ਵਧੀਆ ਕੰਮ ਹੋ ਜਾਏਗਾ ਪਰ ਕੋਈ ਤੁਸੀਂ ਕਮੈਂਟਰੀ ਕਰਦੇ ਸੋ ਮੈਨੂੰ ਪਤਾ ਨਹੀਂ ਚੱਲਦਾ ਤੇ ਫਿਰ ਮੈਂ ਬੜਾ ਮੈਨੂੰ ਦਿਲ ਟੁੱਟ ਜਾਂਦਾ ਬਾਸ ਦਫਾ ਮੇਰਾ ਤੇ ਇਹ ਜਿਹੜਾ ਬੈਠਾ ਹੈ 파 ਟੀਂਡਾ ਇਹ 파 ਟੀਂਡਾ ਮੇਰੇ ਕੋਲ ਬੈਠਾ ਵੇ ਤੇ 파ਟੀ ਨੇ ਦੀ ਡਿਊਟੀ ਮੈਂ ਬੈਠੀ ਆ ਤੇ ਅਸੀਂ ਮੈਂ ਕਹੇਤੀ ਗੱਲ ਕਰ ਲਈਏ ਕਿਉਂਕਿ ਮੈਂ نیچے ਆ ਜਾਈ ਨਹੀਂ ਹਲੇ ਵਸ ਬਰੀਆਨੀ ਪਕ ਰਹੀ ਏ ਔਰ ਨਾਲ ਮਿੱਠੇ ਚੌਲ ਪਕ ਰਹੇ ਨੇ ਤੇ ਇਸ ਤਰ੍ਹਾਂ بس ਆਮ ਹੀ ਪਕ ਰਿਆ ਕੋਈ ਐਸਾ ਖਾਸ ਨਹੀਂ ਕਿ ਕੋਈ ਦਾਵਤ ਹੈ ਕੁਝ ਹੈ ਲੇਕਿਨ ਇਹ ਚੀਜ਼ਾਂ ਪਕ ਰਹੀਆਂ ਨੇ ਤੇ ਮੈਨੂੰ ਫਿਰ ਨਾਇਆਬ ਜ਼ਮਾਨੇ ਦੇ ਹਵਾਲੇ ਦੇ ਨਾਲ ਕੁਝ ਗੱਲਾਂ ਹੀ ਆਦ ਆ ਜਾਂਦੀਆਂ ਨੇ ਜਦੋਂ ਕੋਈ ਮਹਿਮਾਨ ਆਉਂਦਾ ਸੀ ਤੇ ਉਦੋਂ ਫੇ ਬੜੇ ਚੰਗੇ ਚੰਗੇ ਖਾਣੇ ਪਕਦੇ ਸਨ ਫੜੋ ਕੁੱਕੜ ਫੜੋ ਕੁੱਕੜ ਮਹਿਮਾਨ ਦੇ ਆਂਦੇ ਕੁੱਕੜਾਂ ਦੀ ਸ਼ਾਮਤ ਆ ਜਾਂਦੀ ਸੀ ਲੋਕਾਂ ਨੇ ਘਰ ਵਿੱਚ ਕੁੱਕੜ-ਕੁੱਕੜ ਪਾਲ ਕੇ ਰੱਖੇ ਹੁੰਦੇ ਸਨ ਆਮ ਇਸ ਤਰ੍ਹਾਂ ਦੁਕਾਨਾ ਨਹੀਂ ਹੁੰਦੀ ਆ ਸਰ ਇਹ ਲੋਕ ਜਿਹੜੇ ਕੁੱਕੜ ਰੱਖਦੇ ਸਨ ਕਿ ਮਹਿਮਾਨ ਦੇ ਆਂਦੇ ਫੇ ਕੁੱਕੜ ਵਿਚਾਰਾ ਛੁਪਦਾ ਫਿਰਦਾ ਸੀ ਇਹ ਵਈ ਹੁਣ ਮੇਰੀ ਵਾਰੀ ਆ ਗਈ। ਤੇ ਫੁਕੜ ਕੀਤਾ ਜਾਂਦਾ ਸੀ ਰੋਟੀਆਂ ਪਕੜੀਆਂ ਤੇ ਫਿਰ ਖਾਣਾ ਜਾਂ ਫਿਰ ਚੌਲ ਪਕੜੇ ਪਲਾਉ ਪਕੜਾ ਤੇ ਚਲੋ ਵੀ ਸਾਰਿਆਂ ਨੇ ਬੈਠ ਕੇ ਰੋਟੀ ਖਾਣੀ ਤੇ ਉਹ ਵੈਸੇ ਹੀ ਆਮ ਰੋਟੀ ਚ ਪਕਦਾ ਸੀ ਲੇਕ ਮਹਿਮਾਨ ਆਣ ਤੇ ਫਿਰ ਆਵੇ ਥੋੜਾ ਇhtimam ਜ਼ਿਆਦਾ ਹੁੰਦਾ ਸੀ ਉਹ ਅੱਜ ਵੀ ਹੁੰਦਾ ਹੈ ਕਿ ਮਹਿਮਾਨ ਆਉਂਦੇ ਨੇ ਪਰ ਉਹ ਨਾਇਆਬ ਜ਼ਮਾਨੇ ਇਸ ਤਰ੍ਹਾਂ ਸੰਕੇ ਹਰ ਵਕਤ ਬਾਜ਼ਾਰ ਤੋਂ ਚੀਜ਼ਾਂ دستیاب ਨਹੀਂ ਸਨ ਕਿ ਤੁਸੀਂ ਬਾਜ਼ਾਰ ਤੋਂ ਜਾਓ ਤੇ ਜਾ ਕੇ ਇਸ ਤਰ੍ਹਾਂ ਚਿਕਨ ਲੈ ਕੇ ਆ ਜਾਓ ਚੀਜ਼ਾਂ ਲੈ ਕੇ ਆ ਜਾਓ ਉਦੋਂ ਇਸ ਤਰ੍ਹਾਂ ਹੀ ਹੁੰਦਾ ਸੀ ਕਿ ਅ ਘਰ ਵਿੱਚ ਲੋਕ ਕਰਦੇ ਸਨ ਜਾਂ ਫਿਰ ਬਹੁਤ ਦੂਰ ਦੂਰ ਦੁਕਾਨਾਂ ਹੁੰਦੀਆਂ ਸਨ ਤੇ ਬੱਕਰੇ ਦਾ ਗੋਸ਼ਟ ਉਦੋਂ ਆਮ ਹੁੰਦਾ ਸੀ ਤੇ ਜਿਹੜਾ ਚਿਕਨ ਜਿਹੜਾ ਬੜਾ ਖਾਸ ਹੁੰਦਾ ਸੀ ਔਰ ਉਲਟ ਜ਼ਮਾਨਾ ਆ ਗਿਆ ਚਿਕਨ ਤਾਂ ਰੋ ਆਮ ਮਿਲ ਜਾਂਦਾ ਤੇ ਬੱਕਰੇ ਦਾ گوشਤ ਤੇ ਨਾਇਾਬ ਹੋ ਗਿਆ ਵੇ ਇਹ ਹੁਣ ਬੜੀ ਕੋਈ ਸ਼ਾਦੀਆਂ ਸ਼ੁਦੀਆਂ ਤੇ ਪੱਕਦਾ ਵੇ ਜਾਂ ਬਹੁਤ ਘੱਟ ਲਿਆ ਕੇ ਇਸਤੇਮਾਲ ਕੀਤਾ ਜਾਂਦਾ ਆਮ ਬੰਦੇ ਦੀ ਪਹੁੰਚ ਤੋਂ ਖਾਸਾ ਦੂਰ ਹੋ ਗਿਆ ਬੱਕਰੇ ਦਾ گوشਤ ਤੇ ਇਹ ਚੀਜ਼ਾਂ ਜ਼ਮਾਨੇ ਦੇ ਨਾਲ ਨਾਲ ਕਿਸ ਤਰ੍ਹਾਂ ਬਦਲਦੀਆਂ ਨੇ ਕਿਸ ਤਰ੍ਹਾਂ ਹੁੰਦਾ ਵੇ ਕਿ ਉਹ ਜ਼ਮਾਨੇ ਜਿਹਨਾਂ ਨੇ ਦੇਖੇ ਨਾਇਾਬ ਜ਼ਮਾਨੇ ਉਹਨਾਂ ਦਾ ਲੋਸੀ ਉਠਾਇਆ ਅੱਜ ਦੇ ਬੱਚਿਆਂ ਵਾਸਤੇ ਚੀਜ਼ਾਂ ਦੀ ਵੈਲਿਊ ਨਹੀਂ ਹੈ ਉਹ ਇਸ ਤਰ੍ਹਾਂ ਚੀਜ਼ਾਂ ਨੂੰ ਇਸ ਤਰ੍ਹਾਂ ਸਮਝਦੇ ਨਹੀਂ ਨੇ ਜਿਸ ਤਰ੍ਹਾਂ ਜੋ ਸਾਡੇ ਜ਼ਮਾਨੇ 'ਚ ਚੀਜ਼ਾਂ ਦੀ ਵੈਲਿਊ ਸੀ ਕਿ ਉਹਨਾਂ ਉਹ ਬੱਚਿਆਂ ਨੂੰ ਥੋੜੀ ਜਿਹੀ ਵੀ ਚੀਜ਼ ਮਿਲਦੀ ਸੀ ਨਾ ਤਾਂ ਉਹਨੂੰ ਬੜਾ ਸੰਭਾਲ ਕੇ ਰੱਖਦੇ ਸਨ ਕਦਰ ਕਰਦੇ ਸਨ ਔਰ ਉਹ ਉਹਦੀ ਅਹਿਮੀਅਤ ਹੁੰਦੀ ਸੀ ਉਸ ਚੀਜ਼ ਦੀ ਅੱਜ ਤੁਸੀਂ ਦੇਖ ਲਓ ਕਿੰਨੇ ਵੀ ਚੀਜ਼ਾਂ ਬੱਚਿਆਂ ਨੂੰ ਲਿਆ ਕੇ ਦੇਦੇ ਵੋ ਬਸ ਥੋੜੀ ਦਰ ਖੇਡਣਗੇ ਕਰਨਗੇ ਜਾਂ ਮਹਿੰਗੀ ਤੋਂ ਮਹਿੰਗੇ ਵੀ ਕਪੜਾ ਪਾਣਗੇ ਕਰਨਗੇ ਪਰ ਉਹਨਾਂ ਦੇ ਫਿਰੋ ਅ ਉਹ ਕਦਰ ਨਹੀਂ ਹੁੰਦੀ ਤੇ ਮੈਂ ਲੈ ਵੀ ਕਿ ਮੈਂ ਤਾਂ ਕੋਸ਼ਿਸ਼ ਕਰਾਂਗੀ ਕਿ ਬੰਨੀ ਚ ਜਾਨੀ ਆ ਤੇ ਤੁਹਾਨੂੰ ਅਗਰ ਟਾਈਮ ਮਿਲ ਗਿਆ ਮੈਨੂੰ ਤੇ ਮੈਂ ਬਰੀਆਨੀ ਸ਼ਰੀਆਨੀ ਦਾ ਚਿਹਰਾ ਕਰਾ ਦਾਂਗੀ ਮੈਂ ਕਿਉਂਕਿ ਮੈਂ ਅਪਲੋਡ ਕਰਨੀ ਹੁੰਦੀ ਹੈ ਵੀਡੀਓ ਤੇ ਅੱਜ ਸਰਦੀ ਇੰਨੀ ਜ਼ਿਆਦਾ ਹੈ ਕਿ ਮੈਂ ਉੱਪਰ ਹੀ ਬੈਠੀ ਆ ਮੈਂ ਕਿਹਾ ਜਰੂਰ ਇੱਥੇ ਬੈਠੇ ਬੈਠੇ ਥੋੜੀ ਜਿਹੀ ਮੈਂ ਖਿਤਾਬ ਕਰ ਲੈਣੀ ਆ ਕਿਉਂਕਿ ਨਾ ਖਾਣਾ ਹੋ ਜਾਵੇ ਬੜੀ ਆਪਣੇ ਵੱਲੋਂ ਕੋਸ਼ਿਸ਼ ਤਾਂ ਪੂਰੀ ਕਰਨੀ ਆ ਲੇਕਿਨ ਮੈਨੂੰ ਇਸ ਤਰ੍ਹਾਂ ਲੱਗਦਾ ਹੋਵੇ ਕਿ ਸ਼ਾਇਦ 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 ਮੈਂ ਯੂਟਿਊਬ ਬਾਰੇ ਪੜਾਈ ਵੀ ਹੋਈਆਂ ਕਿ ਯੂਟਿਊਬ ਤੇ ਮੈਂ ਕਾਮਯਾਬ ਨਹੀਂ ਹੋ ਸਕਦੀਆਂ ਸ਼ਾਇਦ ਮੈਨੂੰ ਇਹ ਲੱਗਦਾ ਵੀ ਕਿ ਖਾਸੇ ਵੀਜ਼ ਕਾਟਣੇ ਮੈਥੇ ਖਾਸੀ ਮਿਹਨਤ ਵੀ ਕਰਨੀ ਆ ਪਰ ਬਈ ਕੋਈ ਹਾਲੇ ਮੈਨੂੰ ਜੜਾ ਨਾ ਉਹ ਨਹੀਂ ਕਾ ਮਿਲਦਾ ਰਿਸ਼ਤਾ ਇੰਨਾ ਜ਼ਿਆਦਾ ਸਿਲਾ ਤੋੜੇ ਮੇਰੇ ਵੀਜ਼ ਜ਼ਰੂਰ ਬੜੇ ਨੇ ਪਰ ਇਸ ਤੋਂ ਜ਼ਿਆਦਾ ਬੜਨੇ ਚਾਹੀਦੇ ਪਰ ਦੇਖੋ ਤੁਸੀਂ ਅਗਰ ਦੇਖੋਗੇ ਤਾਂ ਠੀਕ ਹੈ ਵਰਨਾ ਫਿਰ ਮੈਂ ਸੋਚ ਲਿਆ ਵੀ ਮਹੀਨੇ ਤੱਕ ਤਾਂ ਮੈਂ ਟਾਟਾ ਬਾਏ ਬਾਏ ਕਰ ਦੇਣਾ ਸਾਰਿਆਂ ਨੂੰ ਤੇ ਕਿਉਂ ਕਿ ਫਾਇਦਾ ਨਹੀਂ ਮੈਨੂੰ ਇਸ ਫਾਇਦਾ ਉਸ ਸੈਂਸਰੀ ਮੈਂ ਕਹਿ ਰਹੀ ਕਿ ਮੈਨੂੰ ਕੋਈ ਮਾਲੀ ਤੌਰ ਤੇ ਚਾਹੀਦਾ ਲੇਕਿਨ ਇਨਸਾਨ ਹੀ ਨਹੀਂ ਮਿਹਨਤ ਕਰਦਾ ਥੋੜੇ ਤੋਂ ਵੀਅੂਜ਼ ਪੜਨੇ ਚਾਹੀਦੇ ਤੇ ਉਹ ਹੁਣ ਹਲੇ ਵਧੇ ਨਹੀਂ ਨੇ ਤੇ ਚਲੋ ਫਿਰ ਦੇਖਨੇ ਆ ਨਹੀਂ ਤੇ ਫਿਰ ਟਾਟਾ ਬਾਏ ਬਾਏ ਤੇ ਐਗਾਈ ਕਿ ਸਾਡੋ ਕਿਹੜਾ ਕਿਸੇ ਰ ਬਣ ਕੇ ਰੱਖ ਲੈਣਾ ਕਿ ਨਹੀਂ ਵੀ ਤੂੰ ਜਾ ਨਹੀਂ ਸਕਨੀ ਸਾਡੀ ਆਪਣੀ ਮਰਜ਼ੀ ਤੇ ਇਸ ਤੋਂ ਕੀ ਕਹਿੰਦੇ ਨੇ ਬਸ ਥੋੜਾ ਜਿਹਾ ਮੇਂ ਦਿਲ ਟਿਕਾ ਹਰਨਾ ਸ਼ੇਅਰ ਕਰ ਲਈਏ ਹੁਣ ਮੈਂ ਆਪਣੇ ਖਾਂਡ ਪਕਾਣ ਦਾ سلسلہ ਦੇਖਾਂਗੇ نیچے ਜਾ ਕੇ ਤੇ ਅਸੀਂ ਆਪਣਾ ਜਿਹੜਾ ਰੋਜ਼ਬਰਾਂ ਦੇ ਕੰਮਕਾਜ ਹੁੰਦੇ ਨੇ ਔਰਤਾਂ ਨੂੰ ਉਹ ਕਰ ਲੈਨੇ ਆ ਤੇ ਬੱਲੇ 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 ਵੇਟੋਰ ਪੰਜਾਬ ਬਣਦੀ ਬੱਲੇ ਬੱਲੇ ਵੇਟੋਰ ਪੰਜਾਬ ਬਣਦੀ ਜੁੱਤੀ ਖੱਲ ਦੀ ਮਰੋੜਾ ਨਹੀਂ ਉਚਾਲਦੀ ਟੋਰ ਪੰਜਾਬ ਬਣਦੀ ਬੱਲੇ 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 ਵੇਜੇ ਤੂੰ ਮੇਰੀ ਟੋਰ ਵੇਖਣੀ ਬੱਲੇ ਬੱਲੇ ਵੇਜੇ ਤੂੰ ਮੇਰੀ ਟੋਰ ਵੇਖਣੀ ਮੈਨੂੰ ਚਾਂਦੀ ਦੀਆਂ ਚਾਂਜਰਾਂ ਪਵਾ ਦੇ ਜੇ ਤੂੰ ਮੇਰੀ ਟੋਰ ਵੇਖਣੀ ਬੱਲੇ 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 ਵਈ ਹਾਲੀਆਂ ਨੇ ਹਲ ਡਕਤੇ ਬੱਲੇ ਬੱਲੇ ਵਈ ਹਾਲੀਆਂ ਨੇ ਹਲ ਡਕਤੇ ਤੇਰੀ ਲੌਂਗ ਦਾ ਪਿਆ ਲਸ਼ਕਾਰਾ ਹਾਲੀਆਂ ਨੇ ਹਲ ਡਕਤੇ ਬੱਲੇ 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 ਨਿਮਾਦੀ ਮੋਮਬਤੀਏ ਬੱਲੇ ਬੱਲੇ ਨਿਮਾਦੀ ਮੋਮਬਤੀਏ ਸੰਦੋ ਲੁੱਟੇ ਅਪ ਜੇਬਾਂ ਪਾ ਕੇ ਮਾ ਦੀਏ ਮੋਮਬਤੀਏ ਬੱਲੇ ਬੱਲੇ ਕਿ ਜਿੱਤ ਸੀ ਸਾਡਾ ਟੀਂਦਾ ਦੇਖਣਾ ਬੱਲੇ ਬੱਲੇ ਜਿੱਤ ਸੀ ਸਾਡਾ ਟੀਂਦਾ ਦੇਖਣਾ ਬੜਾ ਛੋਨਾ ਜਿਆ ਟੀਂਦਾ ਮੇਰਾ ਜੀਤ ਸੀ ਮੇਰਾ ਤਿੰਦਾ ਦੇਖਣਾ ਬੱਲੇ ਬੱਲੇ ਅੱਲਾ ਹਾਫਿਸ ਦੇ ਰੱਖ ਰੱਖਾ